चैनल इंदर एंड कीरत। होपफुली तुसी सारे ठीक ठाक होंगे। ये बस निपट गए। ते जिन्होंने नहीं बेल आइकन दबाया प्लीज सब्सक्राइब हुंदा पहला फिर बेल आइकन हुंदा। जिन्होंने नहीं सब्सक्राइब कीता प्लीज सब्सक्राइब कर लो फिर बेल आइकन दब दियो ते जदों भी साडी वीडियो आवे तुहानू पता लग जाए। साडी वीडियो रोज रोज देखो ते खुश रहो। सो गाइस आही हुंदा मेलबर्न दा वेदर। कल गर्मी बहुत सी, धुप बहुत सी, अज मीह पै गया। और ठंड नहीं नहीं ठीक ठंड नहीं हैगी ठीक आ। कल नो तो ठीक है, कल तो बड़ी गर्मी लगी मैनू। ऐदा ही हुंदा मेलबर्न च जदों मेलबर्न च वैसे ऐदा ही हुंदा गर्मी आउंदी नहीं प्रॉपरली। जिद्दन गर्मी हुंदी अगले दिन मीह पै जांदा। जिद्दन गर्मी हुंदी है पूरी हुंदी है उरे मतलब की गर्मियां च भी गर्मी मतलब की घट ही पैंदी आ हैना। वध तों वध एक दो वीक्स पूरी फुल गर्मी हुंदी है वध तों वध। अदरवाइज की हुंदा कि सवेरे ठंड हुंदी है दिने गर्मी हुंदी है शाम नूं फिर ठंड हो जांदी है। ਐਕਸਰਸਾਈਜ਼ ਕਰਨਾ ਪਹਿਲਾਂ ਨਾ ਮੇਰੇ ਉਰੇ ਬਹੁਤ ਜ਼ਿਆਦਾ ਪੇਨ ਰਹਿੰਦੀ ਸੀ। ਹੁਣ ਠੀਕ ਹੋ ਗਈ? ਬਾਡੀ ਫਟੀਗ ਜੀ ਹਨਾ ਤੇ ਹੁਣ ਠੀਕ ਹੋ ਗਈ? ਹਾਂ ਠੀਕ ਹੋ ਗਈ। ਮੈਂ ਅੱਜ ਪਾਠ ਕਰਦੇ ਕਰਦੇ ਰਿਅਲਾਈਜ਼ ਕੀਤਾ ਮੇਰੀ ਉੱਥੋਂ ਮਸਲ ਵੀਕ ਹੋਣੇ ਆ। ਹਾਂ ਕਿ ਨਾ ਮੇਰੇ ਉਰੇ ਪਹਿਲਾਂ ਬੜਾ ਦਰਦ ਜਿਹਾ ਹੁੰਦਾ ਰਹਿੰਦਾ ਸੀਗਾ ਪਰ ਹਜੇ 3-4 ਦਿਨ ਹੋਇਆ ਮੈਨੂੰ ਵਰਕਆਊਟ ਕਰਦੇ ਨੂੰ ਤੇ ਫਿੱਟ ਫਾਟ ਆ। ਐਕਸਰਸਾਈਜ਼ ਮੇਰੇ ਤੋਂ ਘੰਟਾ ਬਾਅਦ ਸ਼ੁਰੂ ਕਰਦਾ ਪਰ ਫਿਨਿਸ਼ ਨਾਲ ਹੀ ਕਰ ਦਿੰਦਾ 10-15 ਮਿੰਟ 'ਚ ਹੀ। ਓ ਗਿਣ ਗਿਣ ਕੇ 15 ਮਿੰਟ ਹੋਇਆ ਤੈਨੂੰ? ਮੇਰਾ ਸ਼ੇਕ ਵੀ ਤਿਆਰ ਕਰਤਾ। ਯੂ ਸੱਚ ਅ ਸਵੀਟਹਾਰਟ, ਥੈਂਕ ਯੂ। ਹਾਏ ਤਾਂ ਬਣਾਇਆ ਆਪਣੇ ਕੰਸਰਨ ਨਾਲ ਨੀ ਬਣਾਇਆ ਵਿਨੇਗਰ ਤਾਂ ਹੈ ਨੀ ਆਪਣੇ ਕੋਲ ਯਾਰ ਕੋਈ ਨਾ। ਵਾਹ ਯਾਰ ਤੂੰ ਵਾਹ ਕਰਕੇ ਦਿਖਾ ਯਾਰ। ਵਾਹ ਯਾਰ ਜਸਕੀਤ ਡਾਲ ਗੈਲਰੀ ਵਿੱਚ ਪਾਉ ਬਈ ਉਹ ਉਸਤਾਦ ਕਰਤਾ ਦੇ ਇੰਨਾ ਤਾਂ ਪਾ ਦੇ ਉਹ ਮੇਰੇ ਨੂੰ ਮੇਲਾ ਤਾਂ ਕਰ ਰਿਹਾ ਤੇਰੇ ਹੱਥ ਦੂਜੇ ਲੰਗੇ ਹੋਏ ਆ। ਕਿਆ ਕੀ ਆ ਯਾਰ ਇਸ ਮੇਂ ਇੰਨਾ ਨੂੰ ਕਢਾ ਲਈ ਆ। ਵਾਹ ਯਾਰ ਜ਼ਬਰਦਸਤ ਯਾਰ ਹਮ ਦੇਖਤੇ ਆ ਕੀ ਕੀ ਅੰਦਰ ਹੁੰਦਾ। ਨਮਕ ਡਾਲ ਦਿਆ ਦੇਖੋ ਗਾਇਸ। ਵਾਹ ਯਾਰ ਜ਼ਬਰਦਸਤ ਯਾਰ ਮੇਰੇ ਹੱਥ ਵੀ ਚਿੱਟੇ ਕੱਢ ਲਈਏ। अब हम आपको बताएंगे कि ये काम करता है कि नहीं करता है। देखो इतना फिल दी एयर फ्रायर है। वो साल सच्ची करता हुए ये तो। नमक करता? हाँ। सच्ची कर दिया। देखो कितनी मार कटी। बस पेपर रख रहे थे। पर वीरे साइड तो कि मैं उतरू साइडा तो। साइडा लोगों को चालानी फिर हूं मैं इस साइड। अच्छा ते आ वाला जाली ते भी यहीं पे ही। वाह यार इसने डग दिया देखो क्या बनता है इसका। डग दिया। ਗਾਇਸ ਤੁਸੀਂ ਹਿੰਦੀ ਚ ਵਲੌਗ ਮੰਗਦੇ ਹੋ ਹੱਸ ਹੱਸ ਪਾਗਲ ਹੋ ਜਾਓਗੇ ਜੇ ਅਸੀਂ ਹਿੰਦੀ ਬੋਲਣ ਲੱਗ ਗਏ। ਅੱਛਾ ਇਹਨੂੰ ਐ ਪੇਪਰ ਲਾ ਕੇ ਰੱਖ ਦੇਣਾ। ਵਿਨੇਗਰ ਲਿਆ ਕੋਈ? ਵਿਨੇਗਰ ਐਪਲ ਸਾਈਡਰ ਆ ਉਹੀ ਦੇ ਦੋ। ਸੋ ਮਾਰੇ ਪਾਸ ਦੂਸਰਾ ਨਹੀਂ ਥਾ ਹਮਨੇ ਐਪਲ ਸਾਈਡਰ ਵਿਨੇਗਰ ਡਾਲ ਦਿਆ ਇਸਮੇ। ਉਧਰ ਫਰਕ ਪੜ ਰਹਾ ਹੈ? ਇਧਰ ਤੋਂ ਚੱਲ ਰਹਾ ਹੈ ਵੀ ਕਾ ਮੇਰਾ ਅਬ ਐਸੇ ਜੀ ਕਰ ਰਹਾ ਹੈ ਕਿ ਹਮ ਨਹੀਂ ਲਿਆ ਤੇ। ਨਹੀਂ ਮੈਂ ਕੀ ਬੋਲ ਰਹੀ ਥੀ ਇਤਨਾ ਹੀ ਭਈ ਆ ਹੁਣ ਇਹਨੂੰ ਸਾਫ਼ ਕਰ ਦੇ। ਕਿਵੇਂ ਇਹਨੂੰ ਸਾਫ਼ ਕਰ ਦੇ? ਕਿਨੂੰ ਬਸ ਹੁਣੇ ਇੰਨੇ ਕੀ ਰੱਖਣਾ ਨਹੀਂ ਰੱਖਣਾ ਚੱਲ ਦੋ। ਹਾਂ 2 ਮਿੰਟ ਰੱਖ ਲਓ। ਹੁਣ ਇਹ ਤੇ ਨਮਕਾਂ ਹੀ ਕਿੱਥੇ ਰੁਕ ਹੁਣ ਇਹਨੂੰ ਇਹਦੇ ਉੱਤੇ ਰੱਖ ਕੇ ਪਾ ਦੋ। ਉੱਤੇ ਰੱਖ ਕੇ ਫਿਰ ਉਹ ਨਹੀਂ ਹੋਣੀ ਕੀ ਹੋ ਜੂਗੀ। ਅਗਰ ਕਮਲ ਮੇਰੀ ਵੀਡੀਓ ਦੇਖ ਰਿਹਾ ਹੈ ਤਾਂ ਇਹ ਇਹਨੂੰ ਨਹੀਂ ਕਰਕੇ ਦਿਆ ਐਸਾ ਉਹਨਾਂ ਨੇ ਤਾਂ ਯੂਜ਼ ਹੀ ਨਹੀਂ ਕੀਤਾ। ਇਹਨਾਂ ਤੇ ਇਹਨਾਂ ਨਹੀਂ ਕਰਕੇ ਇਹਨੂੰ ਨਹੀਂ ਐਸਾ ਕੀਤਾ ਥਾ। ਅਗਰ ਨਵੀ ਦੇਖ ਰਿਹਾ ਹੈ ਅਗਰ ਨਵੀ ਔਰ ਸ਼ਾਲੀ ਦੇਖ ਰਹੇ ਹੈ ਕਿਉਂ ਆਪਨੇ ਵੀ ਤਾਂ ਕੀਤਾ ਥਾ। ਕੱਟ ਪੱਟੀ ਸਪੀਡ ਕਰ ਦੋ ਤੂੰ ਕੱਟ ਪੱਟੀ ਸਪੀਡ ਕਰ ਦੋ। तुमने पूछा तो ऐसे था कि तुम साफ कराओगे सारा। अब तुम बजा बजा आया कि क्या साफ करना है फिर इंदर ने बताया ये कहता अच्छा कर लो फिर। मैं सोच रही हूँ कि इसको साफ करके ऐसे रख दो हम नया ले आएंगे। आज आज हम ऐसी बना लेंगे। निकाल दो भाई निकाल दे।
ਸਮੈਲ ਬੜੀ ਗੰਦੀ ਆ ਰਹੀ ਹੈ, ਬਹੁਤ ਹੀ ਖਤਰਨਾਕ ਬਦਬੂ ਆ ਰਹੀ ਹੈ। ਇਹਨੂੰ ਕਿਹੜਾ ਮਿਲਾ? ਹਾਂ ਤੋ ਕੈਸੇ ਆਪਕੋ ਲੱਗ ਰਿਹਾ ਹੋ ਰਿਹਾ ਕੁਛ? ਇਸਕੋ ਡੋਲ ਦੋ ਭਾਈ, ਕੋਈ ਫਰਕ ਨਹੀਂ ਪੜ ਰਿਹਾ। ਨਹੀਂ ਦੇਖਤਾ ਸੀ। ਕੀ ਕਰ ਦੋ? ਕੋਈ ਫਰਕ ਨਹੀਂ ਪੜ ਰਿਹਾ। ਇਸਕੋ ਕੀ ਕਾਲੇ ਥੱਲੋ ਕਾਲਾ ਹੀ ਆ ਇਹ। ਕਾਲਾ ਤਾਂ ਹੈਗਾ ਪਰ ਮੈਨੂੰ ਉਹ ਲੱਗਿਆ ਹੋਇਆ ਵੀ ਪਤਾ ਲੱਗ ਰਿਹਾ ਨਾ, ਉਹ ਕਿਸਾਣਾ ਪੂਗਾ ਲੋਹੇ ਆ। ਉਹ ਤਾਂ ਕਰਨਾ ਹੀ ਪੜੇਗਾ। ਨਹੀਂ ਆਪਕੇ ਇਹ ਭਾਂਡੇ ਆ, ਆਪਕੇ ਇਹ ਸਾਫ਼ ਕਰ ਰਹੇ ਹਾਂ। ਉਹ ਅੱਗੇ ਸਾਫ਼ ਕਰ ਹੀ ਰਹੇ ਨੇ, ਇਹਨਾਂ ਨੂੰ ਬਗ ਜਾਂਦੇ। ਇਹਨਾਂ ਨੂੰ ਬਗ ਜਾਂਦੀ ਹੈ? ਠੀਕ ਹੈ। ਆਪਕੋ ਹਮਸੇ ਕੀ ਪ੍ਰੋਬਲਮ ਹੋ ਗਈ? ਹੈ? ਆਪ ਬਰਗਰ ਨਹੀਂ ਖਾਓਗੇ? ਇਹ ਆਪ ਮੇਰੇ ਪਤੀ ਕੇ ਸਾਥ ਐਸਾ ਧੱਕਾ ਨਾ ਕਰੋ। ਇਹ ਭਾਈ ਹਿਲਾ ਹੋਇਆ ਹੈ ਥੋੜਾ ਸਾ, ਡਾਕਟਰ ਕੇ ਪਾਸ ਲੈ ਜਾਣਾ ਪੜੇਗਾ। ਜਸ਼ਨ ਸਫਾਈ ਕਰ ਰਿਹਾ ਹੈ ਦੇਖੋ, ਪਰ ਸਫਾਈ ਕਿਉਂ ਕਰ ਰਿਹਾ ਹੈ ਇਹ ਪੁੱਛਣਾ ਪੜੇਗਾ। ਆਪ ਕਿਉਂ ਸ਼ੀਸ਼ਾ ਸਾਫ਼ ਕਰ ਰਹੇ ਹੋ? ਜੀ ਕਰ ਅਸਲੀ ਰੀਜ਼ਨ ਬਤਾਓ। ਅਸਲੀ ਅਸਲੀ ਰੀਜ਼ਨ ਹੀ ਆ, ਵਧੀਆ ਲੱਗ ਰਿਹਾ ਹੈ। ਕਿੱਦਾਂ ਚਾਟਾ ਲੈ ਕੇ ਵੀਡੀਓ ਬਣਾਉਂਗਾ। ਵੀਡੀਓ ਬਣਾਣੀ ਹੈ ਜਸ਼ਨ ਨੇ ਅੱਜ ਬਹੁਤ ਦਿਨੋਂ ਕੇ ਬਾਅਦ। ਬਹੁਤ ਦਿਨੋਂ ਕੇ ਬਾਅਦ ਪਤਾ ਨਹੀਂ ਕਿਵੇਂ ਦਿਲ ਕਰਾਇਆ ਇਸਕਾ। ਬਾਰੋ ਕਿੰਨਾ ਸੋਹਣਾ ਲੱਗ ਰਿਹਾ ਨਾ। ਤਵੀ ਤੋਂ ਬਣਾ ਰਿਹਾ ਹੈ, ਉਹ ਕੂਲ ਲੈਣਾ ਚਾਹਤਾ ਹੈ ਵੀਡੀਓ ਵਿੱਚ। ਅੱਛਾ, ਤਵੀ ਸ਼ੀਸ਼ਾ ਸਾਫ਼ ਹੋ ਰਿਹਾ ਹੈ। ਉਹ ਵੀ ਕਰ ਦੋ ਅਗਰ ਤੁਮੇ ਅੱਛਾ ਨਹੀਂ ਲੱਗ ਰਿਹਾ ਉਧਰ ਵੀ। ਨਹੀਂ ਉਹ ਅੱਛਾ ਲੱਗ ਰਿਹਾ, ਉਹ ਐਸੀ ਅੱਛਾ ਲੱਗ ਰਿਹਾ। ਵਾਹ ਭਾਈ ਕਮਾਲ ਕਰ ਦਿਆ, ਮੇਰੇ ਕੋ ਤੋਂ ਬੈਲਬਨ ਵੀ ਦਿਖਨੇ ਲੱਗਿਆ ਸ਼ੀਸ਼ੇ ਸੇ, ਇਤਨਾ ਸਾਫ਼ ਕਰ ਦਿਆ। ਦਿਖ ਰਹੀ ਹੈ ਯਾਰ, ਅਗਰ ਆਪ ਹੈਲਪ ਕਰਨਾ ਚਾਹਤੇ ਹੋ ਤੋ ਕਰ ਸਕਤੇ ਹੋ। ਮੈਂ ਨਹੀਂ ਕਰੂੰਗੀ, ਕਿਉਂਕਿ ਮੈਨੇ ਆਪਕੋ ਬੋਲਾ ਥਾ ਕਿ ਇਸ ਪੇ ਮੱਥਾ ਨਹੀਂ ਮਾਰੋ, ਇਹ ਬਹੁਤ ਗੰਦਾ ਹੈ। ਲੇਕਿਨ ਆਪ ਮੇਰੀ ਇੱਕ ਨਹੀਂ ਸੁਣਤੇ, ਇਸ ਲਈ ਮੈਂ ਆਪਕੋ ਬਤਾਨਾ ਚਾਹਤੀ ਹੂੰ ਕਿ ਆਪ ਖੁਦ ਸਾਫ਼ ਕਰ। ये गया तो इनके इनसे ही है, ये कमल के पास था वो कमल को ले। लेकिन हाँ उन्होंने कुछ यूज नहीं किया इसको, बट इन्होंने धोकर हमारे घर से ही गया था। हमने सोचा था कि जब आएगा तो साफ होकर आएगा, लेकिन कोई फर्क नहीं पड़ा। वो भाई साहब ने भी ढूंढी वीडियो है ना कि वो कोई फर्क पड़ेगा जी, डाला विनेगर विनेगर सब डालकर देख लिया, लेकिन स्मेल बहुत आई, लेकिन इसको कुछ फर्क नहीं पड़ा। जैसे वो वीडियो में दिखाया जा रहा था कि ऐसे पेपर मारा तो वो चकाचक निकल गया, वो कोई फर्क नहीं पड़ा। चकाचक हुआ नहीं भाई, ये फूल नहीं आ रहे मगर। भाई फूल अंकल भाई, एक मिनट पर वीडियो पानी को डाल दो भाई, फूल निराज हो जाएंगे। यदि मैं वीडियो बना रही हूं कहना भाई एक मिनट रुक जाओ, अंधेरा हो जाएगा बाहर। क्या हुआ, कैसे हुआ, सब हो गया क्या? कुछ नहीं होया, वो बड़ा है गंदा, वैसे गंदा। गाइस तुसी दही जमाउण दा वी तरीका दस्सिया सी, हुण इहदा वी दस्सो की तरीका। वी दही दा तां गाई पै गया, सारयां ने बड़े तरीके दस्से। मैं तुहाडे सारयां नूं तहे दिलों धन्नवाद, साडा दही जमण लग गया। एंड गाइस हुणे असीं थोड़ी देर पहलां अपनी अज्ज वाली वीडियो पाई आ, ते उहदे विच जम गया इहदा देख लिया। ओ बच्चियां नूं चक्करी होता है। अच्छा, ਸੋ ਅਸੀਂ ਥੋੜ੍ਹੀ ਦੇਰ ਪਹਿਲਾਂ ਆਪਣੀ ਵੀਡੀਓ ਪਾਈ ਸੀਗੀ, ਅਤੇ ਉਹਦੇ 'ਤੇ ਨਾ ਕੋਮੈਂਟ ਆ ਰਹੇ ਸੀਗੇ ਕਿ ਤੁਸੀਂ ਬੋਲੀਵੁੱਡ ਐਕਟਰਾਂ ਨੂੰ ਮਤਲਬ ਕਿ ਉਹ ਕਰੀ ਜਾਂਦੇ ਹੋ ਉਹਨਾਂ ਦਾ, ਪਰ ਕਿਸਾਨਾਂ ਦਾ ਨਹੀਂ ਕੁਛ ਕਿਹਾ ਤੁਸੀਂ, ਕਿਸਾਨਾਂ ਬਾਰੇ ਵੀ ਉੱਥੇ ਇੰਨਾ ਹੋਇਆ। ਆਪ ਹਮਾਰੀ ਵੀਡੀਓ ਨਹੀਂ ਚੈੱਕ ਕਰਤੇ ਬਾਈ, ਇੱਕ ਦਿਨ ਪਹਿਲੇ ਹੀ ਹਮ ਡਾਲ ਕੇ ਹਟੇ ਹਾਂ, ਇੱਕ ਨਹੀਂ ਆਈ ਥਿੰਕ ਦੋ ਦਿਨ ਪਹਿਲੇ। ਨਾਲੇ ਵੈਸੇ ਵੀ ਮੈਂ ਆਪਣੇ ਪ੍ਰੋਪਰ ਬੈਠ ਕੇ ਡੈਡੀਕੇਟਡ ਵੀਡੀਓ ਡਾਲ ਕੇ ਹਟੇ ਹਾਂ ਬਾਈ, ਹਮ ਵੀ ਫਾਰਮਰ ਹੈ ਆਪ, ਇਹ ਮਤ ਬੋਲੋ। ਸਹੀ ਗੱਲ ਆ ਗਾਈਸ, ਤੋ ਪਲੀਜ਼ ਕਿਸੇ ਕੋ ਜੱਜ ਕਰਨੇ ਸੇ ਪਹਿਲੇ ਉਸਕੇ ਪੂਰੀ ਪ੍ਰੋਪਰ ਇਨਫੋਰਮੇਸ਼ਨ ਲੈ ਲੇ। ਹਮਨੇ ਇੱਕ ਸਪੈਸ਼ਲ ਵੀਡੀਓ ਵੀ ਬਣਾਈ ਹੋਈ ਹੈ ਫਾਰਮਿੰਗ ਕੇ ਲਈ। ਯੈਸ, ਨਾਲੇ ਮੈਂ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਦੀ ਰਹਿਣੀ ਆ, ਸੋ ਇਦਾਂ ਦੀ ਕੋਈ ਗੱਲ ਨਹੀਂ ਆ। ਇਹ ਦੁੱਖ ਆਪਕੋ ਹੈ, ਉਤਨਾ ਦੁੱਖ ਹਮਕੋ ਵੀ ਹੈ ਕਿ ਹਮ ਵੀ ਫਾਰਮਰ ਹੀ ਹੈਂ। ਆਪਣੇ ਲੋਕੋ ਕੋ ਭੰਡਨੇ ਸੇ ਬੈਟਰ ਹੈ ਕਿ ਆਪ ਜੋ ਲੋਕ ਕਰ ਰਹੇ ਹੈ, ਇੰਜਨ ਕੀ ਕੰਪਨੀ ਹੈ, ਜੋ ਜੀਓ ਕੇ ਸਿਮ ਹੈ ਵੋ ਬੰਦ ਕਰੋ, ਅਸਲੀ ਚੀਜ਼ੇ ਜੋ ਕਰਨੇ ਵਾਲੀ ਹੈ ਵੋ ਕਰੋ। ਅਗਰ ਆਪ ਹਮਾਰੀ ਇੱਕ ਦੋ ਦਿਨ ਕੀ ਪਹਿਲੇ ਵਾਲੀ ਵੀਡੀਓ ਦੇਖੋਗੇ ਤੋ ਹਮਨੇ ਬੋਲਾ ਹੁਆ ਹੈ। ਐਂਡ ਵੈਸੇ ਵੀ ਕਿਸੇ ਦੀ ਡੈਥ ਹੋਈ ਆ ਤੇ ਹਨਾ, ਆਪਾਂ ਇਹਦਾ ਦੀ ਗੱਲਾਂ ਕਰਦੇ ਵਧੀਆ ਨਹੀਂ ਲੱਗਦੇ, ਦੁੱਖ ਲੱਗਿਆ ਤਾਂ ਅਸੀਂ ਸ਼ੇਅਰ ਕੀਤਾ ਹਨਾ, ਬਾਕੀ ਹੋਰ ਟੌਪਿਕਸ ਅਸੀਂ ਗੱਲ ਕਰਦੇ ਹੀ ਹੁੰਦੇ ਆ। ਕਿਸਾਨਾਂ ਬਾਰੇ ਤਾਂ ਆਬਵੀਅਸਲੀ ਬਹੁਤ ਇੱਕ ਬਹੁਤ ਬੁਰਾ ਲੱਗਦਾ ਹੀ ਹੈ, ਬਹੁਤ ਵਾਰ ਕੀ ਹੈ ਕਿਸੇ ਐਕਟਰ ਕੇ ਲਈ ਤਾਂ ਹਮਨੇ ਪਹਿਲੀ ਵਾਰ ਬੋਲਾ ਹੈ। ਨਾਲੇ ਕਿਸੇ ਦੀ ਡੈਥ ਹੋਈ ਆ ਤੇ ਜੇ ਉਹਦੇ ਤੇ ਆਪਾਂ ਦੁੱਖ ਜ਼ਾਹਿਰ ਕਰਦੇ ਆ ਤੇ ਇਹ ਚ ਕੁਝ ਵੀ ਗਲਤ ਨਹੀਂ ਹੈਗਾ, ਸੋ ਪਲੀਜ਼ ਤੁਸੀਂ ਐਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਮੇਰਾ ਤੇ ਗਿਲੀ ਦਾ ਜੱਫਾ ਪੈ ਗਿਆ। ਅਸੀਂ ਬੋਲਦੇ ਇੱਕ ਦੂਜੇ ਨਾਲ, ਇੱਕ ਦੂਜੇ ਨਾਲ ਨਹੀਂ ਬੋਲਦੇ ਸੀ, ਲੜ ਪਏ ਤਾਂ ਮੈਂ ਜਸ਼ਨ ਨੂੰ ਲਾਇਆ ਸੀ ਗਾਲੂ ਛੱਲਣ। ਜਸ਼ਨ ਨੂੰ ਵਾਲ ਵੀ ਦੇਗਾ ਲੋਹੇ ਚ ਪਾ ਕੇ। ਕੀ ਦੀ ਗਲਤ ਗੱਲ ਆ? ਠੀਕ ਆ ਮਨ, ਅੱਗੇ ਤੋਂ ਕਹੀਂ ਕੰਮ ਕੋਈ ਹੱਸਣ ਨੂੰ ਕਿਹਨੇ ਕਹਿਤਾ? ਨਹੀਂ ਹੱਸ ਸਕਦੀ ਤੂੰ।
ਕੰਮ ਤਾਂ ਮੈਂ ਹੀ ਕਰਦੀ ਹਾਂ ਸਾਰਾ ਨਾਮ ਆਪਣਾ ਲੱਗ ਜਾਂਦਾ ਸ਼ੈਫ ਬਣ ਜਾਂਦੇ ਨੇ ਸਾਰੇ ਸ਼ੈਫ ਨਹੀਂ ਕੱਟਣ ਕਟਾਉਣ ਵਾਲਾ ਕੰਮ ਕਰਦੇ ਹੁੰਦੇ ਕਿੰਨੀ ਵਾਰ ਕਹੀ ਆ ਤੈਨੂੰ ਗੱਲ ਇਹ ਭਾਈ ਤੂੰ ਤਾਂ ਬਣਾਉਣ ਵਾਲਾ ਵੀ ਨਹੀਂ ਕਰਦੇ ਉਹ ਵੀ ਦੱਸਦੇ ਹੋ ਤੂੰ ਤੈਨੂੰ ਬੁਲਾਉਣ ਨਾ ਤੁਸੀਂ ਵੀ ਨਾ ਬੁਲਾਓ ਮੈਨੂੰ ਨਾ ਬੁਲਾਈ ਨਹੀਂ ਕੰਮ ਇਹ ਨਾ ਕਹੋ ਮੈਨੂੰ ਕਰਨ ਨੂੰ ਆ ਬਸ ਆ ਕਰਤਾ ਅੱਗੇ ਸਾਰਾ ਤੁਹਾਡਾ ਮੈਂ ਨਹੀਂ ਜਾ A to Z ਮੈਂ ਕੁਝ ਨਹੀਂ ਕਰਦੀ ਮੇਰਾ ਕੱਚੇ ਆਲੂ ਹੀ ਖਾ ਜੂ ਮੈਂ ਨਹੀਂ ਬਰਗਰ ਕਰਦਾ ਇਹ ਗੱਲਾਂ ਹੋਈਆਂ ਨਾਲੇ ਬੰਦੇ ਨਾਲ ਦੱਸ ਨਾ ਨਾਲੇ ਉਹ ਤਾਂ ਕੰਮ ਜਿਹਨੂੰ ਬੁਲਾਉਣਾ ਹੀ ਹੁੰਦਾ ਉਹਦਾ ਫਿਰ ਕੰਮ ਨਾ ਕਰਾਵੇ ਹਾਂ ਰੱਖਦਾ ਜਾ ਤੁਸੀਂ ਕੀ ਕਰੀ ਚੱਲਾਂ ਯਾਰ ਉਸਤਾਦ ਮੈਨੂੰ ਹਿਸਾਬ ਨਹੀਂ ਹੈਗਾ ਕੀ ਵੀ ਕਿਵੇਂ ਰੱਖੀ ਦੇ ਹੁੰਦੇ ਆ ਦੱਸ ਰੱਖਣੇ ਉਸਤਾਦ ਰੱਖਣ ਨੂੰ ਕੀ ਹੋ ਚ ਆਲੂ ਹੀ ਰਖਾ ਰਿਹਾ ਤੇਰੇ ਤੋਂ ਬਾਕੀ ਸਾਰਾ ਕੰਮ ਤਾਂ ਮੈਂ ਹੀ ਕਰੂੰਗਾ ਪਹਿਲਾਂ ਆਲੂ ਰੱਖ ਦੇ ਹੁਣ ਕੰਟਰੈਕਟ ਆਪਣਾ ਇੰਨਾ ਕੀ ਹੋਇਆ ਸੀ ਲੱਛਣ ਕਰੀ ਜਾਂਦੇ ਨੇ ਦੋਨੇ ਬਰਗਰ ਖਾਣ ਨੂੰ ਦਿਲ ਕਰਦਾ ਜੀ ਕਰ ਲੱਗ ਰਿਹਾ ਬੰਦੇ ਦੇ ਨਾਲ ਬਰਗਰ ਬਣਾ ਦਿੰਦੇ ਬਣਾ ਲਓ ਉਹ ਵੀ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਸਾਡਾ ਕੋਈ ਮੁੱਲ ਨੀ ਪਾ ਜਾਂਦਾ ਹਨਾ ਵੀ ਜਸ਼ਨ ਜਸ਼ਨ ਦੀ ਮੰਗ ਅੱਜ ਵੀ ਮੈਂ ਇੰਦਰ ਦੀ ਕੋਈ ਹੈਲਪ ਨਾ ਕਰਾਂ ਇੰਦਰ ਨੂੰ ਸਾਰਾ ਕੰਮ ਜਸ਼ਨ ਭੁੱਖਾ ਮਰੂ ਫਿਰ ਕੋਈ ਫਿਕਰ ਨਹੀਂ ਮਿਲਦਾ ਇੰਦਰ ਦਾ ਹੱਥ ਪੱਲਾ ਹਿਲਾ ਕੇ ਰਾਜੀ ਨਹੀਂ ਹੈਗਾ ਜ਼ਹਿਰ ਲੱਗੀ ਜਾਂਦਾ ਇਹ ਵੀ ਹੈਲਪ ਨਹੀਂ ਕਰਦੇ ਸਾਨੂੰ ਸਾਰਾ ਕੁਝ ਮੈਂ ਕੀਤਾ ਆਲੂ ਮੈਂ ਵਾੜਿਆ ਪਹਿਲਾਂ ਆਲੂ ਕੱਟੇ ਫਿਰ ਵਾੜੇ ਕਹਿੰਦਾ ਇਹਦੀ ਕਿਸੇ ਨੇ ਹੈਲਪ ਨਹੀਂ ਕਰਨੀ ਸਾਨੂੰ ਤਾਂ ਦੇਖ ਲਾ ਮੈਂ ਸਾਰਿਆਂ ਦੀ ਕਰਦਾ ਨਾ ਨਹੀਂ ਕਰਦਾ ਨੱਚ ਸਮੈਪੀ ਬਣਾਉਣ ਹੁੰਦਾ ਨਾ ਹੁਣ ਤਾਂ ਆ ਦੇਖ ਸਾਨੂੰ ਤਾਂ ਸਾਰਾ ਤਾਂ ਆਪਾਂ ਕੱਟ ਕੇ ਦਿੰਦੇ ਆ ਉਹ ਕਸ ਕੱਟ ਕੇ ਦਿੰਦੇ ਆ ਕਸ਼ਟ ਫਿਰ ਹੋਰ ਕੰਮ ਕੀ ਰਹਿ ਗਿਆ ਅਸੀਂ ਸ਼ੈਫ ਮੈਂ ਫਿਰ ਸ਼ੈਫ ਆ ਨਾ ਆ ਪੁੱਛ ਲਾ ਸ਼ੈਫ ਆ ਸ਼ੈਫ ਸਰਵ ਕਰਦਾ ਹੁੰਦਾ ਪਹਿਲਾਂ ਸਰਵ ਨਹੀਂ ਕਰਦਾ ਹੁੰਦਾ ਉਹ ਚ ਸ਼ੈਫ ਹੀ ਰੱਖਦਾ ਹੁੰਦਾ ਅਮਨ ਚ ਹੋਰ ਕੰਮ ਹੀ ਨਹੀਂ ਸ਼ੈਫ ਦਾ ਆਲੂ ਕੱਢ ਲਾ ਆਲੂ ਖਾ ਲਈ ਮੈਂ ਬਰਗਰ ਬਣਾ ਕੇ ਲਾਸਟ ਟਾਈਮ ਇਹ ਤੋਂ ਕਰਾਇਆ ਸੀ ਕਰਾ ਲੋ ਇਹ ਤੋਂ ਕੰਮ ਬੰਦ ਕਰਤਾ ਤਾਂ ਹੀ ਤਾਂ ਉਹੀ ਗੱਲ ਹੁੰਦੀ ਹੈ ਨਾ ਵੀ ਤੁਹਾਨੂੰ ਸਿਰਫ ਕੱਟਣ ਕਟਾਉਣ ਦਾ ਕੰਮ ਆ ਮਿਕਸ ਕਰ ਲੈਣਾ ਨਹੀਂ ਪਤਾ ਮਾਰੋ ਚੁੱਪ ਕਰਕੇ ਨੀ ਕੱਟੋ ਕਰੋ ਫਿਰ ਮੈਂ ਤੇ ਦਬਦਾ ਬਣਾਉਣੇ ਹੁਣ ਅੱਗੇ ਸਟ੍ਰਾਈਕ ਦੀ ਰਿਹਾ ਸਹੀ ਆ ਤੂੰ ਚਾਹੇ ਤਾਂ ਲੇਬਰ ਯੂਨੀਅਨ ਚ ਆ ਸਕਦੀ ਆ ਤੇ ਮਨਾ ਕਰ ਸਕਦੀ ਆ ਆਪਣੇ ਪਾਤਾ ਜ਼ੀਰਾ ਤੇ ਅਨੀਅਨ ਤੇ ਬਸ ਹੁਣ ਇਹਨੂੰ ਮੈਸ਼ ਵੀ ਕਰਤਾ ਚੰਕੀ ਚਾਟ ਮਸਾਲਾ ਪਾ ਲਿਆ ਕਾਲੀ ਮਿਰਚ ਤੇ ਹੈਮ ਸੀਡ ਵੀ ਪਾਏ ਨੇ ਸਰ ਜੀ ਨੇ ਸੋ ਇੰਦਰ ਇਹਨੂੰ ਏਦਾਂ ਜਿਹੜੇ ਅਸੀਂ ਆਟਾ ਗੁੰਦੇ ਹੁੰਦੇ ਹਾਂ ਉਹ ਵਾਲੀ ਮਸ਼ੀਨ 'ਚ ਮਿਕਸ ਕਰ ਰਹੇ ਨੇ ਚੰਗੀ ਤਰ੍ਹਾਂ ਇਹਦੇ 'ਚ ਅਸੀਂ ਮਿਰਚਾਂ ਵਗੈਰਾ ਸਾਰਾ ਕੁਛ ਸਮਾਨ ਪਾਤਾ ਸੋ ਗਾਈਸ ਹੁਣ ਅਸੀਂ ਇੱਧਰ ਬੇਕਿੰਗ ਪੇਪਰ ਜਿਹੜਾ ਵਿਛਾਤਾ ਆ ਅਤੇ ਇਹਦੇ 'ਤੇ ਟਿੱਕੀਆਂ ਅਤੇ ਪਹਿਲਾਂ ਓਲਿਵ ਆਇਲ ਲੱਗੂਗਾ ਦੈਨ ਟਿੱਕੀਆਂ ਇਹਦੇ ਉੱਤੇ ਰੱਖਾਂਗੇ ਜਸ਼ਨ ਤਾਂ ਖਾ ਨਹੀਂ ਰਿਹਾ ਅੱਜ ਮਨਾ ਕਰੀ ਜਾਂਦਾ ਟਿੱਕੀਆਂ ਬਣ ਗਈਆਂ ਤੇ ਹੁਣ ਅਵਨ ਚ ਜਾ ਰਹੀਆਂ ਨੇ ਬਈ ਕੋਈ ਕੰਮ ਜੇ ਅਸੀਂ
ਚੰਗੇ ਭਲੇ ਬਣੇ ਸੀ ਬਰਗਰ ਬਨ ਥੱਲੇ ਵਾਲਾ ਜਿਹੜਾ ਸੀਗਾ ਉਹਨੂੰ ਇੱਥੇ ਰੋਸਟ ਕਰਕੇ ਉਹਦੇ ਤੇ ਟਿੱਕੀਆਂ ਰੱਖਤੀਆਂ ਤੇ ਉਹਦੇ ਤੇ ਚੀਜ਼ ਪੈ ਰਿਹਾ ਤੇ ਦੂਜੇ ਵਾਲੇ ਦੇ ਉੱਪਰ ਉਹ ਲੱਗੂਗਾ ਨਾ ਐਵੋਕੈਡੋ ਟੋਸਟ ਪੇਸਟ। ਸੋ ਗਾਈਜ਼ ਏਦਾਂ ਚੀਜ਼ ਆ ਜਿਹੜਾ ਉਹ ਮੈਲਟ ਹੋ ਗਿਆ, ਪੂਰੀ ਤਰ੍ਹਾਂ ਨਹੀਂ ਮੈਲਟ ਕੀਤਾ, ਪੂਰੀ ਤਰ੍ਹਾਂ ਨਹੀਂ ਕਰਨਾ ਸੀ ਇਹਨਾਂ ਨੇ, ਠੀਕ ਆ। ਤੇ ਹੁਣ ਆਪਾਂ ਇਹਦੇ ਤੇ ਜਿਹੜਾ ਐਵੋਕੈਡੋ ਪੇਸਟ ਆ ਉਹ ਲਾਵਾਂਗੇ ਤੇ ਉਸ ਤੋਂ ਬਾਅਦ ਆ ਜਿਹੜੇ ਬੰਸ ਆ ਮੈਂ ਰੋਸਟ ਕਰਕੇ ਰੱਖੇ ਆ ਇਹ ਲਾ ਦਾਂਗੇ ਤੇ ਬਰਗਰ ਬਣ ਚਿਪਸ ਵੀ ਪੈਣਗੇ। ਸੋ ਏਦਾਂ ਚਿਪਸ ਪਾ ਕੇ ਸਾਸ ਪਾ ਕੇ ਤੇ ਉੱਪਰ ਇੱਧਰ ਐਵੋਕੈਡੋ ਵਾਲਾ ਕੈਨੇਡਾ ਵੀ ਕੈਨੇਡਾ ਵਧੀਆ ਆ। ਸ਼ੈਫ ਗਏ ਹੁਣ ਆਪ ਖਾਣ ਲੱਗਿਆ ਵੀ ਸਾਸੀ ਤਾਂ ਬੈਠੇ ਆ ਜੇ ਪਹਿਲਾਂ ਸਾਰਿਆਂ ਨੂੰ ਖਵਾਈ ਦਿੰਦਾ ਫਿਰ ਸ਼ੈਫ ਖਾਂਦਾ। ਮੈਂ ਟੇਸਟ ਕਰਕੇ ਦੱਸ ਦਿੰਦਾ ਤੁਹਾਨੂੰ। ਨਹੀਂ ਅਸੀਂ ਉਹ ਤਾਂ ਪੁੱਛ ਰਹੇ ਹਾਂ। ਬਾਹਰ ਸਵਾਦ ਬਣਿਆ ਗੱਲਬਾਤ ਫਰੈਸ਼ ਫਰੈਸ਼ ਜਿਹਾ ਲੱਗ ਰਿਹਾ ਫਰੈਸ਼ ਫਰੈਸ਼ ਜਿਹਾ ਲੱਗ ਰਿਹਾ ਬਹੁਤ ਸਵਾਦ ਨੇ ਪਰ ਖਾਂਦੇ ਨਹੀਂ ਜਿਵੇਂ ਪਸੰਦ ਨਹੀਂ ਗਏ ਪਰ ਬਹੁਤ ਸਵਾਦ ਆ ਟੇਸਟੀ ਆ। ਤੈਨੂੰ ਕਿਨੂੰ ਗੱਲਬਾਤ।